जाग कानू लमियां ने तानियां सुतिया तू जाग कानू लमियां ने तानियां सुतिया तू जाग बीतियां ने घड़ियां मुड़ के हाथ नहीं ने घड़िया मुड़ के हाथ नहीं आनिया सुतिया तू जाग कानू लमिया ने तानिया सुतिया तू जाग चंद तारे सूरज अखा खोलिया छुप गए चंद तारे सूरज अखा खोलिया रब ते प्यारे पंछी बोल देने बोलिया रब ते प्यारे पंछी बोल देने बोलिया तू मी उठ जाग पड़े बाबे दिया बानिया तू मी उठ जाग पड़े बाबे दिया बानिया बीतियां ने घड़ियां मुड़ के हाथ नहीं अखियां नू खोल जरा छड़ दे खुमारियां अखियां नू खोल जरा छड़ दे खुमारियां खुल के बाजार सौदे लुट ले व्यापारियां ओए खुल गए बाजार सौदे लुट ले व्यापारियां गठड़ी संभाल तेरी सुतियां बिहानियां गठड़ी संभाल तेरी सुतियां बिहानियां बीतियां ने घड़ियां मुड़ के हाथ नहीं घड़िया मुड़ के हाथ नहीं आनिया सुतिया तू जाग कानू लमिया ने तानिया सुतिया तू जाग जिसने भी कोई दात प्राप्त कीती है अमृत वेले जाग के ही कुछ प्राप्त कर सके जेड़े अमृत वेले सुते रहे ओ सारा जीवन मोह माया दी नींदर विच सुते रहे कदे जागन दा समय ही ना मिलिया कदी उना दी सुती हुई सुरत नहीं जागी जेड़े अमृत वेले नहीं जागदे फरीद दी मां निके जे फरीद नू अमृत वेले जगाया करदी सी फरीदा उठ फरीदा उजू साज सुबह नमाज गुजार आख्या मां तू रोज अमृत वेले उठा देंदी है अमृत वेले जाग के खुदा दी बंदगी करन दे नाल मिलदा की है ता हुन निका जिहा फरीद
ਧੰਨ ਉਹ ਮਾਤਾਵਾਂ ਹਨ ਜੋ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਜਗਾ ਕੇ ਕੋਈ ਨਾ ਕੋਈ ਲਾਲਚ ਦੇ ਕੇ ਇੱਕ ਵੇਰਾ ਸੱਚ ਨਾਲ ਜੋੜ ਦਿੰਦੀਆਂ ਹਨ, ਗੁਰੂ ਨਾਲ ਜੋੜ ਦਿੰਦੀਆਂ ਹਨ। ਬੇਟਾ, ਅੰਮ੍ਰਿਤ ਵੇਲੇ ਜਾਗਣ ਵਾਲਿਆਂ ਨੂੰ ਖੁਦਾ ਸ਼ੱਕਰ ਦਿੰਦਾ। ਤੂੰ ਜਾਗ ਕੇ ਤਾਂ ਵੇਖ, ਤੂੰ ਮਨ ਕਰਕੇ ਜਪ ਕੇ ਤਾਂ ਵੇਖ। ਜਦੋਂ ਬਾਬਾ ਫਰੀਦ ਨੇ ਬੈਠਣਾ ਬੰਦਗੀ ਵਿੱਚ ਤਾਂ ਪਹਿਲੇ ਹੀ ਮੁੱਠ ਸ਼ੱਕਰ ਦੀ ਭਰ ਕੇ ਮੁਸੱਲੇ ਦੇ ਤੱਲੇ ਰੱਖ ਦੇਣੀ ਮਾਂ ਨੇ। ਤੇ ਫਰੀਦ ਨੇ ਜਦੋਂ ਬੰਦਗੀ ਕਰਕੇ ਉੱਠਣਾ, ਮੁਸੱਲਾ ਚੁੱਕਣਾ, ਤਾਂ ਤੱਲੇ ਸ਼ੱਕਰ ਮਿਲਣੀ ਤੇ ਬੜੇ ਮਨ ਨੂੰ ਪ੍ਰਸੰਨਤਾ ਮਿਲਣੀ। ਬਈ ਨਾਮ ਜਪਿਆ, ਬੰਦਗੀ ਕਰਦਿਆਂ ਆ ਵੇਖੋ ਕੀ ਮਿਲਿਆ। ਉਚਾਰਨ ਕਰੋ ਸ਼੍ਰੀ ਵਾਹਿਗੁਰੂ, ਕਿਉਂਕਿ ਬੱਚੇ ਨੂੰ ਮਿੱਠੇ ਨਾਲ ਪਿਆਰ ਹੁੰਦਾ। ਮਾਂ ਨੇ ਲਾਲਚ ਦੇ ਕੇ ਚੰਗੇ ਪਾਸੇ ਲਾਇਆ। ਇਸੇ ਲਈ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਹਨ। ਇੱਕ ਬਾਬਾ ਫਰੀਦ ਦੀ ਮਾਂ, ਜਿਸ ਨੇ ਬੱਚੇ ਨੂੰ ਪਰਮਾਰਥ ਵੱਲ ਲਾਇਆ। ਦੂਸਰੀ ਮਾਂ ਧਰੂ ਦੀ ਮਾਂ। ਜਦੋਂ ਪਿਤਾ ਨੇ ਗੋਦੀ ਤੋਂ, ਸਤੇਲੀ ਮਾਂ ਨੇ ਗੋਦੀ ਤੋਂ ਉਠਾ ਲਿਆ ਨਾ ਪਿਤਾ ਦੀ ਗੋਦ ਵਿੱਚੋਂ, ਤੇ ਧਰੂ ਜੀ ਭਜਦੇ ਆਏ ਆਪਣੀ ਮਾਂ ਦੇ ਪਾਸ। ਕਹਿਣ ਲੱਗੇ, ਮਾਂ ਤੂੰ ਪਟਰਾਣੀ ਹੈ ਜਾਂ ਗੋਲੀ ਹੈ? ਤਾਂ ਮਾਂ ਨੇ ਦੇਖਿਆ ਕਿ ਬੱਚੇ ਨੂੰ ਬੜੀ ਠੋਕਰ ਲੱਗੀ ਹੈ। ਕੋਈ ਬੱਚਾ ਖੇਡ ਕੇ ਭਜਦਾ ਆ ਕੇ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਜਾਵੇ, ਤੇ ਚਿੜਕ ਕੇ ਕੋਈ ਬਾਹੋਂ ਫੜ ਕੇ ਉਸਨੂੰ ਗੋਦੀ ਵਿੱਚੋਂ ਉਠਾ ਦੇਵੇ, ਤੇ ਬੱਚੇ ਨੂੰ ਕਿਤਨੀ ਠੋਕਰ ਲੱਗਦੀ ਹੈ। ਮਾਂ ਤੂੰ ਸਵਾਣੀ ਹੈ ਕਿ ਸਰੀਤਾ? ਤੂੰ ਪਟਰਾਣੀ ਹੈ ਜਾਂ ਨੌਕਰਾਣੀ ਹੈ? ਆ ਵੇਖ, ਮੇਰੀ ਅੱਜ ਇਹ ਹਾਲਤ ਹੋਈ ਹੈ। ਮਾਂ ਸਮਝ ਗਈ ਬੱਚੇ ਨੂੰ ਠੋਕਰ ਲੱਗੀ ਹੈ ਕਿ ਕਿਤਨਾ ਚੰਗਾ ਹੋਵੇ ਹੁਣ ਇਸ ਨੂੰ ਪਰਮੇਸ਼ਰ ਦੇ ਵੱਲ ਤੋਰ ਦੇਵਾਂ, ਪਿਆਰ ਪੈ ਜਾਵੇ ਇਹਦਾ ਪਰਮੇਸ਼ਰ ਦੇ ਚਰਨਾਂ ਨਾਲ। ਤਾਂ ਕਹਿਣ ਲੱਗੀ, ਮੈਂ ਹਾਂ ਤੇ ਪਟਰਾਣੀ, ਪਰ ਮੈਂ ਪੂਰਵ ਜਨਮ ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਜਿਸ ਕਰਕੇ ਮੈਨੂੰ ਰਾਜਾ ਪਿਆਰਦਾ ਨਹੀਂ। ਮਾਂ, ਨਾਮ ਜਪਿਆ ਦੁਸ਼ਮਣ ਮਿੱਤਰ ਹੋ ਜਾਂਦੇ ਹਨ। ਦੁਨੀਆਂ ਦੇ ਸਾਰੇ ਰਾਜ ਭਾਗ, ਸਭ ਪ੍ਰਕਿਰਤੀ ਮਿੱਤਰ ਬਣ ਜਾਂਦੀ ਹੈ। ਹਾਂ ਬੇਟਾ, ਜਿਹੜੇ ਨਾਮ ਜਪਦੇ ਹਨ ਉਹਨਾਂ ਨੂੰ ਸਾਰਾ ਹੀ ਜਗਤ ਪੂਜਦਾ ਹੈ, ਆਦਰ ਕਰਦਾ। ਤਾਂ ਫਿਰ ਮਾਂ, ਮੈਂ ਹੁਣ ਨਾਮ ਹੀ ਜਪਾਂਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਫਿਰ ਐਸਾ ਨਾਮ ਜਪਿਆ, ਐਸੀ ਉਗਰ ਭਗਤੀ ਕੀਤੀ ਕਿ ਸਾਰੇ ਬ੍ਰਹਿਮੰਡ ਦੇ ਤਾਰੇ ਧਰੂ ਤਾਰੇ ਦੀ ਪਰਿਕਰਮਾ ਕਰ ਰਹੇ ਹਨ। ਇਹ ਹੈ ਸਿਮਰਨ ਦਾ ਫਲ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਦਾ ਫਲ। ਅੱਧੀ ਮਾਂ ਗੋਪੀ ਚੰਦ ਦੀ, ਜਿਸ ਨੇ ਆਪਣੇ ਪੁੱਤਰ ਨੂੰ ਤੋਰਿਆ ਤਾਂ ਸਹੀ ਪਰਮਾਰਥ ਵੱਲ, ਪਰ ਫਿਰ ਮੋਹ ਜਾਗ ਪਿਆ, ਫਿਰ ਉਸਨੂੰ ਬੁਲਾ ਲਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਉਹ ਮਾਤਾਵਾਂ ਧੰਨਤਾ ਦੇ ਯੋਗ ਹਨ ਜੋ ਆਪਣੇ ਬੱਚਿਆਂ ਨੂੰ ਪਰਮਾਰਥ ਵੱਲ ਜੋੜਦੀਆਂ ਹਨ। ਆਖਿਆ ਸਾਹਿਬ, ਜਿਨ੍ਹਾਂ ਦੇ ਜਾਗਦੇ ਨਫ਼ਰ ਕੀ ਸੋਹਣੇ ਨਾਲ, ਜਿਹਦਾ ਸਾਹਿਬ ਜਾਗ ਰਿਹਾ ਤੇ ਫਿਰ ਸੇਵਕ ਹੋ ਕੇ ਸੁੱਤਾ ਹੋਇਆ। ਇੱਕੋ ਸਤਿਗੁਰ ਜਾਗਤਾ, ਸਤਿਗੁਰ ਜਾਗ ਰਿਹਾ ਹੋਵੇ, ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਸੁੱਤਾ ਹੋਵੇ, ਤਾਂ ਫਿਰ ਸਿੱਖ ਕਾਹਦਾ ਹੈ ਬਈ? ਮਹਾਂਪੁਰਖ ਕਿਹਾ ਕਰਦੇ ਸਨ, ਗੁਰਸਿੱਖੀ ਦੀ ਪਹਿਲੀ ਪੌੜੀ, ਪਹਿਲੀ ਜਮਾਤ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਜਪਣਾ ਸ੍ਰੀ ਵਾਹਿਗੁਰੂ। ਇਹ ਪਹਿਲੀ ਪੌੜੀ, ਜਿਹੜਾ ਪਹਿਲੀ ਜਮਾਤ ਵਿੱਚ ਨਹੀਂ ਬੈਠਾ ਉਹ ਬਈ ਅੱਗੇ ਕੀ ਡਿਗਰੀ ਹਾਸਲ ਕਰੇਗਾ? ਇਸ ਲਈ ਸੁੱਤਿਆ ਤੂੰ ਜਾਗ, ਕਿਉਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੋਇਆ? ਆ ਵੇਖ, ਜਿਹੜੇ ਜਾਗੇ ਹਨ ਉਹ ਕਿੱਥੇ ਪਹੁੰਚ ਗਏ? ਬਾਬਾ ਫਰੀਦ ਖੁਦਾ ਦਾ ਰੂਪ ਹੋ ਗਏ ਅੰਮ੍ਰਿਤ ਵੇਲੇ ਜਾਗ ਕੇ ਜਪਣ ਦੇ ਨਾਲ। ਜਿੰਨੇ ਵੀ ਕੋਈ ਦਾਤ ਪ੍ਰਾਪਤ ਕੀਤੀ ਹੈ ਉਸਨੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਕੀਤੀ ਹੈ।
अपने मन दे मगर नहीं लगना, मन नू अपने मगर लाउना, क्योंकि मन दा स्वभाव है जेडे मन दे मगर लगे हन ओ नरकां तो जानो बच नहीं सके, क्योंकि मन ने तो भाई नरकां वादी लै जाना है, मन ने तो माड़ी ही सलाह देनी है। इसलिए हजूर कहिंदे न मन दे मगर ना लग, मगर लग गुरु दे ते मन नू अपने मगर ला। महापुरख सर्दी दे विच इशनान रोज करके अमृत वेले निरंकार दे चरणां विच जुड़िया करदे सन। ते एक दिन उन्हां दा मन कहण लगा, भई साध भले अन नातिया, अज इशनान करन दी की लोड़ है, इतना ककर पै रहा है, इतना ठंडा जल है, ते ग्रस्तियां नू इशनान दी लोड़ होंदी है, महापुरखां नू की लोड़ है, अज ना नाते तां की फर्क पै जाएगा। महापुरख जिन्हां दी सुरत जागदी सी समझ गए, भई अज मन सानू होड़ रहा है इशनान तो, कल सानू नितनेम तो ही होड़ेगा, ते पता नहीं फिर किधर लै जावे। इसलिए जड़ा कंबल कीता सी ना, अपने उपर कंबली कीती हुई सी, उस समेत जाके ठंडे जल दे विच बह गए, ते मन रौला पाण लगा, ओ मैनू बड़ी ठंड लग रही है, ये की कीता जे। ते महापुरख कहिंदे ने, ऐ मेरे मन हुण दस, हुण तू कदे मोड़ेगा इशनान तो? तो इसलिए मन दे मगर नहीं, मन नू अपने मगर लाउणा, क्योंकि बीतियां ने घड़ियां मुड़ के हाथ नहीं आउणियां। सुते आ तू जाग कान लमियां ने तानियां, सुते आ तू जाग कान लमियां ने तानियां, सुते आ तू जाग कान बीतियां ने घड़ियां मुड़ के हाथ नहीं आउणियां, बीतियां ने घड़ियां मुड़ के हाथ नहीं आउणियां, सुते आ तू जाग कानू लम्मियां ने तानियां, सुते आ तू जाग। सवेरे पांदी चल पे सरावां दे, उठ के सवेरे पांदी चल पे सरावां दे, कूड़े भरवासे होंदे बदलां दी छावां दे, कूड़े भरवासे होंदे बदलां दी छावां दे, औखियां ने प्रेम दियां मंजिलां मुकाणियां, औखियां ने प्रेम दियां मंजिलां मुकाणियां, बीतियां ने घड़ियां मुड़ के हाथ नहीं आउणियां, सुते आ तू जाग कानू लम्मियां ने तानियां, सुते आ तू जाग। श्वास ने अमोल तेरे एवें पे जाम दे, सुने अमोल तेरे एवें पे जाम दे, जन्म मनुखा इनू देवते भी चाम दे। एदा अमोलक जिसनू बैकुंठ विच बह के देवते भी चाहते हैं, हे निरंकार सानू कृपा करके मनुच्छा जन्म बख्श,
असी तेरा सिमरन करिए, तेरा नाम जपिए। सोचने दी गल है कि बैकुंठ विच बैठिया होया नू की लोड़ है मनुच्छा जन्म मंगण दी। ते प्यारी सात संगत, जिथे ओ बैठे हन ना ओ कर्म भूमि नहीं है, जिथे असी विचर रहे हाँ ना ये कर्म भूमि है। जेहो जिहा कोई बीज बोंदा है ओहो जे फल कटदा है। जिसने भी इत्थे आके नाम जपया है, सेवा सिमरन परपकारी जीवन बतीत कीता है, ओ निरंकार दे चरणा विच लीन होया है, जन्म मरण तो रहत होया है, स्वर्ग विच केवल अपने पुन्ना दी प्राप्ति करके मनुख रहिंदा है। जदों पुन खत्म हो जान तां गिरायमान कीता जांदा है। इस लई देवते चाहुंदे हन कि हे निरंकार ऐसा ना होवे साडे पुन खत्म हो जान ते असी गिरायमान कीते जाइए, किसे थां जोगे ना रहिए। साडे ते कृपा कर, सानू मनुच्छा जन्म बख्श, तेरी साजी होई सृष्टि दी सेवा करके सिमरन करके असी अपने होर पुन वधाइए, होर तेरी वडेरे वड्डी प्रसन्नता प्राप्त करके तेरा प्यार प्राप्त करिए। इस लई स्वासा ने स्वास अमोल ने मनुख दे लखी नी हाथ नहीं आउंदे। कोई लखां दी डेरी ला देवे उदे बदले एक स्वास भी मिलदा नहीं। पर ए मनुख तू एडे हीरे लालां तो भी महंगे स्वासां दे नाल तू नाम दे लालां दा वणज करना सी, पर तू किवें ए लाल कौड़ियां दे बदले गवाई जा रहे हैं। काच बादरे लाल खोई है फिर ए अवसर कद लहा। गुरु ग्रंथ साहब महाराज कह रहे हैं कि ए मनुख तू कच दे वटे लाल खोई आउना। दुनिया दे पदार्थ दुनिया दे धंधे धन दौलत ए टुटे हुए कच दी न्याई हैं, ते अमोलक लाल तू इधर ला के तंदियां विच ला के समा अपना जाया कीती उन्हें। इसलिए भाई फिर ए अवसर कद ला। हजूर कहंदे ने फिर ए अवसर मिलन वाला नहीं है, संभाल लै इसनू, इस गठड़ी नू संभाल लै। जदों स्वासा दी गठड़ी तेरी चोरी हो गई ना, ए फिर मिलन वाली नहीं है। इसलिए सुत्या तू जाग कानू लमिया ने तानी है। जेड़ा मनुख जागदा होवे ना उदे कारनू कोई नहीं लुट सकदा, हमेशा सुते हुए लुटी जांदे। ऐ मनुख तेरा जीवन भी एक अमृत वेला है। 84 लाख जून विचों उत्तम जून अमृत वेला रूपी तेनू ए मनुच्छा जन्म मिलिया। तू अमृत वेले नाल प्यार कर, अमृत वेले जाग, तेरा लोक भी सुखी होवे, तेरा परलोक भी सुहेला हो जावे। इसलिए सुत्या तू जाग। सुत्या तू जाग कानू लम्मियां ने तानियां। सुत्या तू जाग कानू लम्मियां ने तानियां। सुत्या तू जाग कानू ने घड़िया मुड़ के हथ नहीं आनिया। ने घड़िया मुड़ के हथ नहीं आनिया। सुते तू जाग कानू लम्मिया ने तानिया। सुते तू जाग कानू स्वास ने अमोल तेरे एवें पे जाऊदे। स्वास ने अमोल तेरे एवें पे जाऊदे। जन्म मनुखाए नू देवते भी जाऊदे। जन्म मनुखा इनू देवते भी जांदे। मूर्खा तू इस दियां कीमता ना जानियां।
इस दुनिया कीमता न जानिया। बीतियां ने घड़ियां मुड़ के हाथ नहीं आनिया। बीतियां ने घड़ियां मुड़ के हाथ नहीं आनिया। सुते तू जाग कानू लम्मिया ने गाइया। सुते तू जाग। कबीर जी बड़े जतन कीते कि रामानंद जी उपदेश देन, क्योंकि गुरु तो बिना गत नहीं है। गुरु की मोर नहीं लगवाई, गुरु वाला नहीं बनिया ता एदे जपा तपा नू कदी फल नहीं लगदा। उच्चारण करो श्री वाहिगुरु। ता पुछया किसे नू, भाई रामानंद जी मैनू शूदर समझ के उपदेश नहीं देंदे, कोई दसो किस वेले उना दा मिलाप हो सकदा। ता प्यार वालिया ने दसिया भाई अमृत वेले जांदे ने इशनान कर नदी ते, उस वेले तेरा मिलाप हो सकदा, कोई कारण लभ लै। ता जिथों दी रामानंद जी लंघिया करदे सन उथे कबीर जी जाके लम्मे पै गए। जदों लम्मे पे रामानंद जी आए ते पैर दी टुंब जदों वजी, ता मुख तो सुभावक निकलिया राम के राम कहो, राम के प्यारे राम कहो। ये सौण दा वेला नहीं, ये ता जाग के सिमरन करन दा वेला है। अमृत वेले सच खंड दे द्वार खुले होंदे हन, गुरु उड़ीक रहा होंदा है कि कौन आ रहा है, भाई केड़ा जाग रहा है। ते फिर वड़ियां बख्शिशां होंदियां अमृत वेले जागन वालियां नूं। जदों रामानंद जी दे मुख तों ए निकलिया राम के राम कहो, तां फिर बैठ गए जपन लई। ते ऐसा जपिया, जप जप के राम दा रूप ही हो गए। रामानंद जी सेवा करिया करदे सन ठाकरां दी, अंतरीब अंतरीब भाव दे नाल ठाकरां दा इशनान करौणा, बस्त्र पहनाने, गहने पहनाउणे, पूजा करनी। क्योंकि मन करके कीती होई कोई भी पूजा जेड़ी है वो थाएं पहिंदी है। लोक विखावा ना होवे, पखंड ना होवे, मन करके कीती होई सेवा सिमरन ये थाएं पहिंदा है। एक वेरी रामानंद जी अनुभव करके अंतरीव भाव दे नाल ठाकरां दा इशनान कराया, बस्त्र पहनाए, गहने पहनाए, पर आपनू कंठी पानी भुल गई। जदों कंठी पानी भुल गई तां फिर मन विच सोचदे हन, भाई हुण मुटक लहा के जे कंठी पाई है तां वी सेवा अधूरी, जे कंठी नहीं पाउंदे भगवान दे गल विच तां वी सेवा अधूरी है। किवें करिए, तां बाहर कबीर जी बैठे सन समाधि विच स्थित सन, और कहण लगे गुरुदेव कंठी दा बीड़ा खोल के पा दियो ना भगवान नूं। उच्चारण करो श्री वाहिगुरु। रामानंद जी हैरान हो गए, भाई बूहे बंद हन ते मैं प्रतख सेवा भी नहीं कर रहा, अंतरीव भाव दे नाल अनुभव दे नाल सब कुछ भगवान दी सेवा कर रहा, ते मेरे हिरदे नूं वाचन वाला कौन आ गया। बार जदों बूहा खोलिया कबीर जी नूं वेख्या, क्या तू कित्थों पाई है भाई। कबीर जी ने चरण पकड़ दे, गरीब निवाज तेरे दर तो पाई है, असी तो भाई तेनू कदे दीख्या उपदेश नहीं दिता कदे। महाराज चेते करो, एक वारी इशनान करन जा रहे सी ते रस्ते विच एक मनुख सुता होया सी, जिनू तुसी किया सी राम के राम कहो, ते बस ओ तुहाडा उपदेश ही तां सी जिसने एडे रंग भाग ला दिते हन।
ਇਸੇ ਲਈ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਆ ਕਰਦੇ ਸਨ ਭਾਈ, ਪਹਿਲਾਂ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਆ ਜਿਹੜੇ ਰਾਤ ਨੂੰ ਸਤਸੰਗ ਵਿੱਚ ਜਾ ਕੇ ਜੁੜਦੇ ਹਨ ਉਹਨਾਂ ਦੀ ਕਮਾਈ ਨੂੰ ਫੁੱਲ ਲੱਗ ਜਾਂਦੇ ਹਨ। ਤੇ ਫਿਰ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਾਗ ਕੇ ਗੁਰੂ ਚਰਨਾਂ ਵਿੱਚ ਜੁੜਦੇ ਹਨ ਉਹ ਫਲ ਪ੍ਰਾਪਤ ਕਰਦੇ ਹਨ। ਪਹਿਲੀ ਰਾਤੀ ਫੁੱਲੜਾ, ਫਲ ਵੀ ਪਿੱਛਾ ਰਾਤ, ਪਰ ਮਿਲਦਾ ਕਿਹਨਾਂ ਨੂੰ ਹੈ ਆਖਿਆ ਜੋ ਜਾਗਣ ਲਹਿਣ ਸੇ ਸਾਈਂ ਕਿਨੋਂ ਦਾ। ਜਿਹੜੇ ਜਾਗਦੇ ਹਨ ਬਈ ਇਹ ਦਾਤਾਂ ਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ। ਸੋ ਜਿਸ ਨੇ ਵੀ ਪਾਇਆ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪ ਕੇ ਸੇਵਾ ਕਰਕੇ ਹੀ ਪ੍ਰਾਪਤੀ ਹੋਈ ਹੈ। ਇਸ ਲਈ ਸੁੱਤਿਆ ਤੂੰ ਜਾਗ, ਸੁੱਤਿਆ ਤੂੰ ਜਾਗ, ਲੰਮੀਆਂ ਨੇ ਪ੍ਰਾਣੀਆਂ, ਸੁੱਤਿਆ ਤੂੰ ਜਾਗ, ਲੰਮੀਆਂ ਨੇ ਪ੍ਰਾਣੀਆਂ, ਸੁੱਤਿਆ ਤੂੰ ਜਾਗ, ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਬੀਤੀਆਂ ਨੇ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਸੁੱਤਿਆ ਤੂੰ ਜਾਗ, ਲੰਮੀਆਂ ਨੇ ਪ੍ਰਾਣੀਆਂ, ਸੁੱਤਿਆ ਤੂੰ ਜਾਗ, ਸਤਨਾਮ ਵਾਹਿਗੁਰੂ, ਸਤਨਾਮ ਜਾਗ ਕਾਨੂੰ, ਲੰਮੀਆਂ ਤਾਣੀਆਂ, ਸੁੱਤਿਆ ਤੂੰ ਜਾਗ ਕਾਨੂੰ, ਬੀਤੀਆਂ ਨੇ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਬੀਤੀਆਂ ਨੇ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਸੁੱਤਿਆ ਤੂੰ ਜਾਗ ਕਾਨੂੰ, ਲੰਮੀਆਂ ਤਾਣੀਆਂ, ਲੰਮੀਆਂ ਤਾਣੀਆਂ, ਸੁੱਤਿਆ ਤੂੰ ਜਾਗ ਕਾਨੂੰ, ਲੰਮੀਆਂ ਤਾਣੀਆਂ, ਸੁੱਤਿਆ ਤੂੰ ਜਾਗ ਕਾਨੂੰ, ਬੀਤੀਆਂ ਨੇ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਬੀਤੀਆਂ ਨੇ ਘੜੀਆਂ ਮੁੜ ਕੇ ਹੱਥ ਨਹੀਂ ਆਉਣੀਆਂ, ਸੁੱਤਿਆ ਤੂੰ ਜਾਗ ਕਾਨੂੰ, ਲੰਮੀਆਂ ਸਿੱਖੀ ਸਿਦਕ ਨਿਭਾਵਨ ਖਾਤਰ, ਕਈ ਮਾਵਾਂ ਨੇ ਦੁੱਖ ਪਾਏ, ਝੱਲੇ ਕਸ਼ਟ ਹਜ਼ਾਰਾਂ ਸਿਰ ਤੇ, ਉਨ੍ਹਾਂ ਨਹੀਂ ਹੌਸਲੇ ਢਾਏ, ਸਿੱਖਾਂ ਸਿਦਕ ਨਿਭਾਉਣ ਦੀਆਂ ਮੰਜ਼ਿਲਾਂ ਨੇ ਦੂਰ, ਸਿੱਖਾਂ ਸਿਦਕ ਨਿਭਾਉਣ ਦੀਆਂ
मंजिला ने सिर तली उते धर पहला मरन कबूल सिर तली उते धर पहला मरन कबूल मरन कबूल सिखा सिद्क निभोन दिया मंजिला ने दूर सिखा सिद्क निभोन दिया मंजिला ने दूर पता नहीं की बाटे विच घोल के पिया गया पता नहीं की बाटे विच घोल के पिया गया मोई होई हिंद विच जान सियो पा गया मोई होई हिंद विच जान सियो पा गया जान सियो पा गया अमृत बदले सिर देना पैंदा है जरूर अमृत बदले सिर देना पैंदा है जरूर सिर तली धर करना है मरन कबूल सिर तली धर करना है मरन कबूल मरन कबूल सिखा सिद्क निभोन दिया मंजिला ने दूर सिखा सिद्क निभोन दिया मंजिला ने दूर जिन्हां ने सिदक दे नाल निभाई है उन्होंने फिर शेर दा शर्फा नहीं मंगिया पहला मरन कबूल जीवन की छड आस हो सबना की रेणका तो आओ हमारे पास गुरु दियां बाहां हर वेले फलक रहियां ने आओ भाई कोई मुर्दा बन के आ जावे ते फिर कलगी धर पातशाह उस दे मुख विच पा देन अमृत ते फिर ओ गुरु वालों किवें मुख मोड़ सकदा है बंद बंद कट्टे जा सकदे हन सिरां ते आरे चल सकदे हन देगां विच उबल सकदे हन पर सिखी सिदक तों कदे मुख नहीं मोड़ सकदे उचारण करो श्री वाहिगुरु मीर मनु दे समय सिखां ते बड़े कहर दहाए गए बड़े कहर कमाए और सिखां ते ही नहीं सिंगणियां ते भी बड़े कहर और औखे समय आए पर सारा समा उसदा पाना मिठा करके सिखी सिदक विच रह के शहीदियां प्राप्त कीती मीर मनु दे समय सिखां नूं पकड़ के लिआंदा गया आख्या इन्हां दे सिर धड़ तों जुदा कर दे इन्हां विच एक छोटा जिहा बच्चा सी जिहदी मां नूं मोह जाग पिया आख्या मेरे बच्चे नूं ना मारो इह सिख नहीं है मीर मनू ने आख्या जे ए कह देवे मैं सिख नहीं ता असी इसनू छड देवांगे जलाद ने जाके पुछया भाई ओ तेरी मां खड़ी है ते कह रही है तू सिख नहीं जे तू कह देवे मैं सिख नहीं ता तेरी जान बख्शी जा सकती है इस निके जे बच्चे ने ए किदियां करामातां सन
ਇਹ ਅੰਮ੍ਰਿਤ ਦੀਆਂ ਕਰਾਮਾਤਾਂ ਸਨ। ਨਿੱਕੇ ਜੇ ਬੱਚੇ ਨੇ ਜਦੋਂ ਮਾਂ ਵੱਲ ਤੱਕਿਆ ਤੇ ਕਹਿਣ ਲੱਗਾ, ਇਹ ਤਾਂ ਮੇਰੀ ਮਾਂ ਹੀ ਨਹੀਂ ਹੈ ਜੋ ਮੇਰੇ ਸਿਰ ਦਾ ਸਿਰਫਾ ਮੰਗ ਕੇ ਮੈਨੂੰ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚੋਂ ਉਠਾਉਣਾ ਚਾਹੁੰਦੀ ਹੈ। ਇਹ ਮੇਰੀ ਮਾਂ ਨਹੀਂ ਹੋ ਸਕਦੀ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਜਿਹੜੀ ਧਰਮ ਵੱਲੋਂ ਪੁੱਤਰ ਨੂੰ ਮੋੜੇ ਉਹ ਮਾਂ ਕਿਵੇਂ ਹੋ ਸਕਦੀ ਹੈ? ਜਦੋਂ ਐਸਾ ਸਿਦਕ ਇਸ ਬੱਚੇ ਦਾ ਮਾਂ ਨੇ ਵੇਖਿਆ ਤਾਂ ਧਰਤੀ ਤੇ ਵਿਛ ਗਈ। ਉਹ ਕਲਗੀਧਰ ਸੱਚੇ ਪਾਤਸ਼ਾਹ, ਮੈਂ ਤਾਂ ਮੋਹ ਮਾਇਆ ਵਿੱਚ ਰੁੜ ਚੱਲੀ ਸਾਂ, ਪਰ ਤੇਰੀ ਕਿਰਪਾ ਹੋਈ ਹੈ। ਉਹ ਕੋਖ ਕਿਤਨੀ ਸਫਲ ਹੋਵੇਗੀ, ਮੇਰਾ ਜੀਵਨ ਕਿਤਨਾ ਸਫਲ ਹੋਵੇਗਾ ਜੋ ਮੇਰੀ ਕੋਖ ਤੋਂ ਇੱਕ ਸ਼ਹੀਦ ਹੋਵੇ ਤੇਰੇ ਨਾਮ ਤੇ, ਤੇਰੇ ਨਾਮ ਤੋਂ ਸਦਕੇ ਹੋ ਜਾਵੇ। ਹੁਣ ਜਲਾਦ ਸਮਝਾਉਂਦਾ ਇਸ ਬੱਚੇ ਨੂੰ ਕਿ ਤੂੰ ਅਜੇ ਖੇਡਣਾ ਹੈ, ਅਜੇ ਸੁੱਖ ਮਾਣਨੇ ਹਨ, ਫਿਰ ਜਵਾਨੀਆਂ ਮਾਣਨੀਆਂ ਹਨ। ਤੂੰ ਇੱਕ ਵੇਰ ਜੇ ਮੂੰਹ ਨਹੀਂ ਕਹਿੰਦਾ ਤਾਂ ਸਿਰ ਹੀ ਹਿਲਾ ਦੇ ਬਈ ਮੈਂ ਸਿੱਖ ਨਹੀਂ। ਤਾਂ ਇਹ ਨਿੱਕਾ ਜਿਹਾ ਬੱਚਾ ਕਹਿਣ ਲੱਗਾ, ਤੈਨੂੰ ਇਤਨਾ ਹੀ ਜੇ ਮੇਰੇ ਤੇ ਤਰਸ ਆ ਰਿਹਾ ਤਾਂ ਫਿਰ ਇਤਨੀ ਕਿਰਪਾ ਕਰ, ਕਿਉਂਕਿ ਮੈਂ ਬੱਚਾ ਹਾਂ, ਛੋਟਾ ਹਾਂ ਇਹਨਾਂ ਤੋਂ, ਕਿਤੇ ਮੇਰਾ ਮਨ ਡੋਲ ਨਾ ਜਾਵੇ। ਇਸ ਲਈ ਇਹਨਾਂ ਨੂੰ ਸ਼ਹੀਦੀ ਜਾਮ ਬਾਅਦ ਵਿੱਚ ਪਿਲਾ ਲੈਣਾ, ਪਹਿਲਾਂ ਇਹ ਬਖਸ਼ਿਸ਼ ਮੈਨੂੰ ਕਰ ਦਿਓ। ਉਚਾਰਨ ਕਰੋ ਸ਼੍ਰੀ ਸਿੱਖਾ ਸਿਦਕ ਨਿਭਾਣ ਦੀਆਂ ਮੰਜ਼ਲਾਂ ਨੇ ਦੂਰ, ਇਹ ਦੂਰ ਹਨ ਭਾਈ। ਇਹ ਤਾਂ ਉਹੀ ਪ੍ਰਵਾਨ ਹੋਇਆ ਜਿਹੜਾ ਸਿਰ ਧਰ ਤਲੀ ਗਲੀ ਮੇਰੀ ਹਾਂ। ਕਲਗੀਧਰ ਪਾਤਸ਼ਾਹ ਜੀ ਦੇ 52 ਕਵੀਆਂ ਵਿੱਚੋਂ ਬਿਹਾਰੀ ਨਾਮ ਦਾ ਕਵੀ ਹੋਇਆ, ਉਸਨੇ ਬੜੇ ਸੋਹਣੇ ਅੱਖਰ ਲਿਖੇ ਹਨ ਕਿ ਆਸ਼ਕ ਆਸ਼ਕ ਸਭ ਕੋ ਆਖੇ, ਟੇਢੀ ਪਗੜੀ ਧਰ ਕੇ, ਸਿਰ ਤੋਂ ਪਰੇ ਇਸ਼ਕ ਦਾ ਡੇਰਾ ਸਭ ਮੁੜ ਆਏ ਡਰ ਕੇ, ਮਾਣ ਮੁਹੱਬਤ ਖੁਦੀ ਤਕਬਰੀ ਕੋਈ ਨਾ ਰਿਹਾ ਜਰ ਕੇ, ਸਜਣਾ ਦੇ ਉਸ ਮਹਿਲ ਬਿਹਾਰੀ ਕੋਈ ਆਸ਼ਕ ਪਹੁੰਚਿਆ ਮਰ ਕੇ। ਇਹ ਤਾਂ ਭਾਈ ਸਿਰ ਦੇ ਵੱਟੇ ਅੰਮ੍ਰਿਤ ਦੀ ਦਾਤ ਮਿਲਦੀ ਹੈ, ਤੇ ਫਿਰ ਜਿਹੜਾ ਸਿਰ ਝੁਕ ਗਿਆ ਫਿਰ ਜਦੋਂ ਵੀ ਲੋੜ ਪਈ ਤਨ ਮਨ ਧਨ ਦੀ, ਫਿਰ ਸਿਰ ਦਾ ਸਰਫਾ ਨਹੀਂ ਮੰਗਦਾ ਉਹ। ਇਹ ਗੁਰੂ ਕੇ ਸਿੱਖ, ਇਹ ਹੈ ਤਾਂ ਭਾਈ ਔਖੀ ਮੰਜ਼ਿਲ, ਪਰ ਜਿਨ੍ਹਾਂ ਨੇ ਇਹਨਾਂ ਮੰਜ਼ਿਲਾਂ ਤੇ ਚੱਲ ਕੇ ਵੇਖਿਆ ਉਹ ਸਦਾ ਅਮਰ ਹੋ ਗਏ ਨੀ। ਇਸ ਲਈ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਿਲਾਂ ਨੇ ਦੂਰ, ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਿਲਾਂ ਨੇ ਦੂਰ, ਸਿਰ ਤਲੀ ਉੱਤੇ ਧਰ ਪਹਿਲਾ ਮਰਨ ਕਬੂਲ, ਸਿਰ ਤਲੀ ਉੱਤੇ ਧਰ ਪਹਿਲਾ ਮਰਨ ਕਬੂਲ, ਮਰਨ ਕਬੂਲ, ਸਿੱਖਾ ਸਿਦਕ ਨਿਭਾਉਂਦੀਆਂ ਮੰਜ਼ਿਲਾਂ ਨੇ ਦੂਰ, ਸਿੱਖਾ ਸਿਦਕ ਨਿਭਾਉਂਦੀਆਂ ਮੰਜ਼ਿਲਾਂ ਨੇ ਦੂਰ। ਬੇਮਿਸਾਲ ਕੁਰਬਾਨੀ ਹੈ ਦਾਤਾਰ ਜੀ, ਕੀਤੀ ਬੇਮਿਸਾਲ ਕੁਰਬਾਨੀ ਹੈ ਦਾਤਾਰ ਜੀ, ਪਾ ਗਏ ਸ਼ਹੀਦੀਆਂ ਅਜੀਤ ਤੇ ਜੁਝਾਰ ਜੀ, ਪਾ ਗਏ ਸ਼ਹੀਦੀਆਂ ਅਜੀਤ ਤੇ ਜੁਝਾਰ ਜੀ, ਪਾ ਗਏ ਸ਼ਹੀਦੀਆਂ ਅਜੀਤ ਤੇ ਜੁਝਾਰ ਜੀ, ਅਜੀਤ ਤੇ ਜੁਝਾਰ ਜੀ। ਹੁਣ ਦਾ ਸੱਚੇ ਦੇਸ਼ ਪ੍ਰੇਮੀਆਂ ਦਾ ਇਹੋ ਦਸਤੂਰ, ਹੁਣ ਦਾ ਸੱਚੇ ਦੇਸ਼ ਪ੍ਰੇਮੀਆਂ ਦਾ
ਬੈਠੇ ਹੋ ਦੱਸ ਤੂੰ ਸਿਰ ਤਲੀ ਧਰ ਕਰਨਾ ਹੈ ਮਰਨ ਕਬੂਲ ਸਿਰ ਤਲੀ ਧਰ ਕਰਨਾ ਹੈ ਮਰਨ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਦਸ਼ਮੇਸ਼ ਇੱਕ ਕ੍ਰਿਸ਼ਮਾ ਦਿਖਾਇਆ ਸੀ ਪਿਤਾ ਦਸ਼ਮੇਸ਼ ਇੱਕ ਕ੍ਰਿਸ਼ਮਾ ਦਿਖਾਇਆ ਸੀ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਸੀ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਸੀ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਸੀ ਇੱਕ ਨੂੰ ਲੜਾਇਆ ਲਾਹੇ ਜ਼ਾਲਮਾਂ ਦੇ ਜੱਟ ਵਿੱਚ ਤੈਂ ਸੀ ਗਰੂ ਲਾਹੇ ਜ਼ਾਲਮਾਂ ਦੇ ਜੱਟ ਵਿੱਚ ਤੈਂ ਸੀ ਗਰੂ ਸਿਰ ਤਲੀ ਧਰ ਕਰਨਾ ਹੈ ਮਰਨ ਕਬੂਲ ਸਿਰ ਤਲੀ ਧਰ ਕਰਨਾ ਹੈ ਮਰਨ ਕਬੂਲ ਮਰਨ ਕਬੂਲ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਮਨ ਮਤੀਆਂ ਦੀ ਤੂੰ ਧੋਲੀ ਜਦੋਂ ਪੈ ਗਿਆ ਸਿੱਖਾ ਮਨ ਮਤੀਆਂ ਦੀ ਝੋਲੀ ਜਦੋਂ ਪੈ ਗਿਆ ਗੁਰੂ ਦਾ ਦੁਆਰਾ ਤੈਥੋਂ ਬੜੀ ਦੂਰ ਰਹਿ ਗਿਆ ਓਏ ਗੁਰੂ ਦਾ ਦੁਆਰਾ ਤੈਥੋਂ ਬੜੀ ਦੂਰ ਰਹਿ ਗਿਆ ਗੁਰੂ ਦਾ ਦੁਆਰਾ ਗੁਰੂ ਦਾ ਦੁਆਰਾ ਤੈਥੋਂ ਬੜੀ ਦੂਰ ਰਹਿ ਗਿਆ ਬੜੀ ਦੂਰ ਰਹਿ ਗਿਆ ਹੋਇਓ ਧੰਦਿਆਂ ਦੇ ਵਿੱਚ ਤੂੰ ਡਾਡਾ ਮਗਰੂ ਹੋਇਓ ਧੰਦਿਆਂ ਦੇ ਵਿੱਚ ਤੂੰ ਡਾਡਾ ਮਗਰੂ ਸਿਰ ਤਲੀ ਧਰ ਕਰਨਾ ਹੈ ਮਰਨ ਕਬੂਲ ਸਿਰ ਤਲੀ ਧਰ ਕਰਨਾ ਹੈ ਮਰਨ ਕਬੂਲ ਮਰਨ ਕਬੂਲ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਕਸ਼ਟ ਉਠਾਇਆ ਏ ਗੁਰੂ ਨੇ ਕੀ ਤੇਰੇ ਕਸ਼ਟ ਉਠਾਇਆ ਏ ਸਿੱਖਾ ਤੂੰ ਕਿਉਂ ਉਸ ਦੇ ਉਪਕਾਰ ਨੂੰ ਭੁਲਾਇਆ ਏ ਸਿੱਖਾ ਤੂੰ ਕਿਉਂ ਉਸ ਦੇ ਉਪ
ਪੁਕਾਰਾ ਨੂੰ ਭੁਲਾਇਆ ਏ ਸਿੱਖਾ ਤੂੰ ਕਿਉਂ ਉਸ ਦੇ ਉਪਕਾਰਾਂ ਨੂੰ ਭੁਲਾਇਆ ਏ ਉਪਕਾਰਾਂ ਨੂੰ ਭੁਲਾਇਆ ਹੋਸ਼ੇ ਅੰਬਲਾਂ ਚ ਪੈ ਕੇ ਨਾ ਹੋ ਗੁਰੂ ਕੋਲੋਂ ਦੂਰ ਹੋਸ਼ੇ ਅੰਬਲਾਂ ਚ ਪੈ ਕੇ ਨਾ ਹੋ ਗੁਰੂ ਕੋਲੋਂ ਦੂਰ ਸਿਰ ਤਰੀ ਧਰ ਕਰਨਾ ਹੈ ਮਰਨ ਕਬੂਲ ਸਿਰ ਤਰੀ ਧਰ ਕਰਨਾ ਹੈ ਮਰਨ ਕਬੂਲ ਮਰਨ ਕਬੂਲ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿੱਖਾ ਸਿਦਕ ਨਿਭਾਉਣ ਦੀਆਂ ਗੁਰੂ ਨੇ ਕਿੱਡੇ ਉਪਕਾਰ ਕੀਤੇ ਸਾਡੇ ਤੇ ਜਿੱਥੇ ਅਸੀਂ ਦੁਸ਼ਟ ਦਮਨ ਦਾਤਾ ਅੰਮ੍ਰਿਤ ਦੇ ਦਾਤੇ ਜਿੱਥੇ ਕਹਿੰਦੇ ਹਾਂ ਉੱਥੇ ਸਰਬੰਸ ਦਾਨੀ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਨਮਸਕਾਰ ਕੇ ਕਹਿੰਦੇ ਹਾਂ ਇਹ ਨਿਰੰਕਾਰ ਐਸਾ ਤੂੰ ਆਪਣਾ ਰੂਪ ਬਣਾਇਆ ਕੌਣ ਹੋਵੇਗਾ ਗੁਰੂ ਗੋਬਿੰਦ ਸਿੰਘ ਜੈਸਾ ਜਿਸਨੇ ਆਪਣਾ ਸਭ ਕੁਛ ਵਾਰ ਕੇ ਵੀ ਤੇ ਇੱਕ ਖਾਲਸਾ ਪੰਥ ਸਜਾ ਕੇ ਉਸਨੂੰ ਆਪਣਾ ਰੂਪ ਦਿੱਤਾ ਹੋਵੇ ਬੜੇ ਬੜੇ ਪੀਰ ਪੈਗੰਬਰ ਸੰਸਾਰ ਤੇ ਆਏ ਹਨ ਕਿਸੇ ਨੇ ਆਪਣੇ ਚੇਲਿਆਂ ਨੂੰ ਮੁਰੀਦ ਕਰਕੇ ਪੁਕਾਰਿਆ ਕਿਸੇ ਨੇ ਭੇਡਾਂ ਬੱਕਰੀਆਂ ਕਰਕੇ ਪੁਕਾਰਿਆ ਕਿਸੇ ਨੇ ਕੁਝ ਕਰਕੇ ਪੁਕਾਰਿਆ ਐਸਾ ਕੋਈ ਗੁਰੂ ਨਹੀਂ ਆਇਆ ਜਿਸ ਨੇ ਕਿਹਾ ਹੋਵੇ ਖਾਲਸਾ ਮੇਰੋ ਰੂਪ ਹੈ ਖਾਸ ਐਸਾ ਕੋਈ ਗੁਰੂ ਨਹੀਂ ਸੰਸਾਰ ਤੇ ਆਇਆ ਜਿਸ ਨੇ ਆਪਣਾ ਰੂਪ ਸੇਵਕ ਨੂੰ ਦੇ ਦਿੱਤਾ ਹੋਵੇ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਗੁਰੂ ਕੇ ਸਿੱਖ ਭਾਈ ਜੋ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਦੇ ਹਨ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਦਿੱਤਾ ਉਹ ਫਿਰ ਕਦੀ ਸਿੱਖੀ ਸਿਦਕ ਤੋਂ ਮੂੰਹ ਨਹੀਂ ਫੇਰਦੇ ਉਹਨਾਂ ਨੂੰ ਕੋਈ ਭਰਮਾ ਨਹੀਂ ਸਕਦਾ ਚਾਹੇ ਸਾਰੀ ਦੁਨੀਆ ਦੇ ਪਦਾਰਥ ਉਹਨਾਂ ਕੋਲ ਲਿਆ ਕੇ ਢੇਰੀ ਕਰ ਦੇਈਏ ਉਹ ਗੁਰੂ ਵੱਲੋਂ ਕਦੇ ਮੁੱਖ ਨਹੀਂ ਮੋੜ ਸਕਦੇ ਮੀਰ ਮਨੂ ਦੇ ਸਮੇਂ ਜਿੱਥੇ ਸਿੱਖਾਂ ਦੇ ਸਿਰਾਂ ਦੀ 80-80 ਰੁਪਏ ਮੁੱਲ ਪਾਏ ਗਏ ਜਿਹੜਾ ਸਿੱਖ ਦਾ ਸਿਰ ਲਿਆਏਗਾ 80 ਰੁਪਏ ਇਨਾਮ ਮਿਲੇਗਾ ਤੇ ਕਈਆਂ ਨੇ ਬੀਬੀਆਂ ਦੇ ਸਿਰ ਲਹਾ ਕੇ ਜੂੜੇ ਕਰਾ ਕੇ ਇਹ ਇਨਾਮ ਹਾਸਲ ਕੀਤੇ ਤੇ ਵਿੱਚੇ ਫਿਰ ਬੀਬੀਆਂ ਨੂੰ ਵੀ ਪਕੜਿਆ ਗਿਆ ਇਹ ਨਹੀਂ ਸਿੰਘਾਂ ਤੇ ਹੀ ਔਖਿਆ ਹੀ ਆਏ ਜਦੋਂ ਬੀਬੀਆਂ ਨੂੰ ਫੜਿਆ ਗਿਆ ਤਾਂ ਹੁਕਮ ਹੋਇਆ ਕਿ ਜੇ ਦੀਨ ਵਿੱਚ ਆ ਜਾਓ ਇਸਲਾਮ ਕਬੂਲ ਕਰ ਲਓ ਤਾਂ ਦੁਨੀਆਂ ਦੇ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਗੇ ਦੁਨੀਆਂ ਦੇ ਪਦਾਰਥ ਤੁਹਾਡੇ ਇਸ਼ਾਰੇ ਤੇ ਚੱਲਣ ਪਰ ਸਿੱਖੀ ਸਿਦਕ ਨਿਭਾਉਣ ਵਾਲੀਆਂ ਉਹ ਬੀਬੀਆਂ ਜਿਨ੍ਹਾਂ ਨੇ ਸਾਰਾ ਦਿਨ ਰਾਤ ਵਿੱਚ ਅੱਧੀ ਰੋਟੀ ਤੇ ਨਾਲ ਕੁਝ ਵੀ ਨਹੀਂ ਨਾਲ ਜਲ ਦਾ ਇੱਕ ਪਿਆਲਾ ਮਿਲ ਜਾਣਾ ਤੇ ਉਹ ਛੱਕ ਕੇ ਤੇ ਫਿਰ ਲੱਖ ਲੱਖ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਮਨਾਉਣਾ ਜਦੋਂ ਸਾਰੀਆਂ ਬੀਬੀਆਂ ਨੂੰ ਕੈਦ ਕਰ ਦਿੱਤਾ ਗਿਆ ਇਤਿਹਾਸ ਵਿੱਚ ਲਿਖਿਆ ਕਿ ਦਿਨੋਂ ਦਿਨ ਮੀਰ ਮਨੂ ਨੇ ਇਹਨਾਂ ਤੇ ਜ਼ੁਲਮ ਵਧਾਣੇ ਸ਼ੁਰੂ ਕਰ ਦਿੱਤੇ ਆਰਾਮ ਨਹੀਂ ਕਰਨ ਦੇਣਾ ਰਾਤ ਨੂੰ ਤੇ ਦਿਨੇ ਫਿਰ ਸਵਾ ਸਵਾ ਮਨ ਪੀਸਣ ਲਈ ਦਾਣੇ ਦੇ ਦੇਣੇ ਤੇ ਜੇ ਨਹੀਂ ਪੀਸੋਗੀਆਂ ਤਾਂ ਫਿਰ ਕੋਹੜਿਆਂ ਦੀ ਸਜ਼ਾ ਮਿਲਦੀ ਹੈ ਪਰ ਧਨ ਹਨ ਉਹ ਮਾਤਾਵਾਂ ਧਨ ਹਨ ਉਹ ਬੀਬੀਆਂ ਜਿਨ੍ਹਾਂ ਨੇ ਸਿੱਖੀ ਸਿਦਕ ਨਹੀਂ ਹਾਰਿਆ ਡੋਲੀਆਂ ਨਹੀਂ ਉਹਦੇ ਹੁਕਮ ਵਿੱਚ
नाले जप रहियां हन सतनाम श्री वाहिगुरु तेरा किया मीठा लागे जे तू एवें ही प्रसन्न है ता असी ता जीउंदे मोए जेहो जे हां हे कलगीधर पाछा तेरे हां ना सवा सवा मन पीसना रोज पीसना ते फिर जदों वेख्या भई अजे भी नहीं मनिया अजे भी इस्लाम विच आउन नूं तैयार नहीं ता जुलम विच होर वादा कर दिता इना दे बच्चियां नूं खो लिया गया ते ऐडा जुलम के बच्चियां नूं उठा के उपर सुटना ते थलों नेजियां दे नाल बोच देना पर मावां ने उस अकाल पुरख वाहिगुरु दा पाणा मिठा करके मन्या हे कलगीधर पाछा जे तू अपने चारे लखते जिगर कौम तो कुर्बान कर सकना ता असी जी ता तेरे ही बचे हां ना उचारण करो श्री वाहिगुरु इन्हां बच्चियां नूं इस तरह शहीद किया गया ते फिर जदों फिर भी नहीं मनिया आख्या मेरा सिर जाए ता जाए मेरा सिखी सिदक ना जाए आओ सारे प्यार नाल इन्हां तुकां नूं पढ़ो मेरा सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए जाए तो जाए मेरा सिखी सिदक ना जाए सिर जाए तो जाए मेरा सिखी सिदक ना जाए सिर जाए तो जाए मेरा सिखी सिदक ना जाए मेरा सिखी सिदक ना जाए मेरा सिखी सिदक ना जाए सिखी सिदक ना जाए मेरा सिखी सिदक ना जाए मेरा सिखी सिदक ना जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए सिर जाए ता जाए मेरा सिखी सिदक ना जाए मेरा सिर चला जाए मेरा सब कुछ चला जाए हे निरंकार हे कलगीधर पातशाह मेरा सिखी सिदक जो सिदक तू मेरे अंदर भरिया ए ना चला जाए क्योंकि इहदे सामने सिर कोई चीज नहीं है जे तेरी बख्शिश सिर दे वटे मिलदी होवे तां इस तो वध होर सस्ता सौदा की हो सकदा है उचारण करो श्री वाहिगुरु तो जदों ऐसे जुलम इन्हां बीबियां ते ढाए गए बच्चे नूं उपर सुटना ते फिर तनों नेजे नाल बोच लेना जुलम दी हद सी पर जालम अजे भी नहीं टलिया आख्या इन्हां नूं इस्लाम विच जरूर लियाउणा है हुण इन्हां बच्चियां दे टुकड़े करके हार बना के उन्हां मातावां दे गलां विच पाए गए आख्या हुण भी मन जाओ जे इस्लाम कबूल कर लो ता हुण भी तुहाडियां जिंदा अजे बाकी हन उचारण करो श्री पर तन हन ओ मातावां जिन्हां ने खनी खनी रोटी ते गुजारा करके सवा सवा मन पीसने पीस के अत दे दुख झल के
अपने बच्चों के टुकड़े करवा के गलों में हार पवा ले, पर सिखी वालों मुख नहीं मोड़िया। उच्चारण करो श्री वाहिगुरु। ऐ गुरु के सिख, तू उस दशमेश पिता का सिख है, ते फिर अमृत वेले जागदा नहीं, तू अमृत छकदा नहीं। उस गुरु दे उपकारा नू भुला के शोशियां अंबलां विच रसां विच कसां विच पै गया, गुरु नू की मुंह विखाएगा। इसलिए ये औखियां मंजलां तेरे वड्डिया ने पार कीतियां हन, तू क्यों पिछे रह गया। इसलिए आओ जतन करिए कि जेड़े अपने आप नू सिंह सदाउंदे हन, अमृत छको, गुरु की मोहर लगवाओ, गुरु वाले बनो। अमृत वेले जाग के इशनान करके नितनेम करना, ये गुरु का मार्ग है। जदों बाणी दा रस तुहाडे अंदर हिरदे विच समा जाएगा ना, फिर तुहानू ये सिर देना औखा नहीं लगेगा। धन भाग समझोगे, अपने धन भाग समझोगे जे गुरु दे लेखे शरीर लग जाए। इसलिए सिखा सिदक निभाउणा निभाउण दियां मंजिला ने दूर, तो गुरु कृपा करे ये सुन के साडा मन भी गुरु दे चरणा विच जुड़े, ते असी भी गुरु के सिख अखवान दे लायक होइए। सिखा सिदक निभाउण दियां मंजिला ने दूर, कीर्तनी उते धर पहला मरण कबूल, मरण कबूल। सिखा सिदक निभाउण दियां मंजिला ने दूर, न्यारा तेरा जदों तीक रंग है। दुनिया तो प्यारा जदों तीक तेरा रंग है, उदों तक गुरु तेरा तेरे अंग संग है, उदों तक गुरु तेरा तेरे अंग संग है, तेरे अंग संग। नाम हर जी दा जपिए हो रही है मखतूल, नाम हर जी दा जपिए हो रही है मखतूल। सिर तली उतार पहला मरन कबूल, सिर तली उतार पहला मरन कबूल, मरन कबूल। सिखा सिदक निभाउण दियां मंजिला ने दूर। सतनाम वाहे गुरु, 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 सतनाम वाहे गुरु। सिखा सिदक निभाउण दियां मंजिला ने दूर, सिखा सिदक निभाउण दियां मंजिला ने दूर।